हाँ जी वेलकम मेरे 10th क्लास दे बहुत ही प्यारे स्टूडेंट्स। बेटे पेपर हो गया तुहाडा है ना, चलो आपां हुण कल्ला कल्ला क्वेश्चन डिस्कस करते हैं ते तुसी देखो कि जे तुहाडी किते गलती हुई है तो वह क्यों हुई है ते फिर अपने अपने नंबर्स का अंदाजा भी लगाओ ते मैनू भी दसीओ कि किदे 40 चो 40 आणगे। ठीक है बेटा, चलो स्टार्ट करते हैं। आपां पहला क्वेश्चन जिहड़ा सी बच्चे वह सीगा यूक्लिड डिवीजन लैमा। ठीक है, यूक्लिड वंड प्रमेय का ਇਹ ਕੀ ਹੁੰਦਾ ਹੈ, ਇਹਦੀ ਡੈਫੀਨੇਸ਼ਨ ਆਪਾਂ ਬਹੁਤ ਡੀਪਲੀ ਕੀਤੀ ਹੋਈ ਹੈ। A ਇਜ਼ ਇਕੁਅਲ ਟੂ ਬੀ ਕਿਊ ਪਲੱਸ ਆਰ, ਜਿੱਥੇ A ਅਤੇ B ਕੀ ਹੁੰਦੇ ਨੇ ਬੇਟਾ, ਸੰਪੂਰਨ ਸੰਖਿਆਵਾਂ। ਠੀਕ ਹੈ, ਅਤੇ ਕਿਊ ਅਤੇ ਆਰ ਜਿਹੜੇ ਹੈਗੇ ਨੇ ਇਹ ਜਿਵੇਂ ਹੁਣ ਕਿਊ ਹੈ ਇਹਨੂੰ ਕੋਸ਼ੈਂਟ ਕਹਿੰਦੇ ਹੁੰਦੇ ਹਾਂ ਜਿਹੜਾ ਭਾਗ ਫਲ ਆਉਂਦਾ, ਅਤੇ ਆਰ ਆਪਾਂ ਬਾਕੀ ਨੂੰ ਕਹਿੰਦੇ ਹੁੰਦੇ ਹਾਂ। ਅਤੇ ਕੁਸ਼ਚਨ ਕਾਹਦੇ ਬਾਰੇ ਹੈ, ਆਪਾਂ ਨੂੰ ਉਹ ਆਰ ਬਾਕੀ ਬਾਰੇ ਪੁੱਛ ਰਿਹਾ ਕਿ ਬਾਕੀ ਕੀ ਆ ਸਕਦਾ। ਤਾਂ ਬਾਕੀ ਬੇਟਾ ਜਦੋਂ ਆਪਾਂ ਭਾਗ ਕਰਦੇ ਹਾਂ ਜਾਂ ਤਾਂ ਉਹ ਜ਼ੀਰੋ ਹੁੰਦਾ, ਜਿਵੇਂ ਸਾਰਾ ਦਾ ਸਾਰਾ ਕੱਟ ਗਿਆ ਤਾਂ ਜ਼ੀਰੋ ਆ ਗਿਆ, ਜਾਂ ਫਿਰ ਜ਼ੀਰੋ ਤੋਂ ਵੱਡਾ ਹੋਊਗਾ। ਬਟ ਜਿਹਦੇ ਨਾਲ ਤੁਸੀਂ ਭਾਗ ਕਰ ਰਹੇ ਹੋ, ਮਤਲਬ ਜਿਵੇਂ ਆਹ ਬੀ ਹੈ ਜਿਹਦੇ ਨਾਲ ਤੁਸੀਂ ਭਾਗ ਕਰ ਰਹੇ ਹੋ, ਇਹਦੇ ਨਾਲ ਕਰ ਰਹੇ ਹਾਂ ਨਾ ਆਪਾਂ ਬੀ ਨਾਲ, ਤਾਂ ਇਸ ਤੋਂ ਉਹ ਹਮੇਸ਼ਾ ਛੋਟਾ ਹੋਊਗਾ, ਬੀ ਤੋਂ ਛੋਟਾ ਹੋਊਗਾ। ਤਾਂ ਆਪਣੇ ਕੋਲ ਕਿਹੜੀ ਆਪਸ਼ਨ ਸਹੀ ਆਊਗੀ ਇਹਦੇ ਵਿੱਚ, ਥਰਡ ਆਪਸ਼ਨ, ਕਿ ਆਰ ਹੈ ਜਿਹੜਾ ਉਹ ਜ਼ੀਰੋ ਦੇ ਬਰਾਬਰ ਵੀ ਹੋ ਸਕਦਾ ਅਤੇ ਉਸ ਤੋਂ ਵੱਡਾ ਵੀ ਆ ਸਕਦਾ, ਪਰ ਬੀ ਤੋਂ ਛੋਟਾ ਹੀ ਹੋਊਗਾ। ਠੀਕ ਹੈ ਜੀ, ਚਲੋ ਅਗਲਾ ਕੁਸ਼ਚਨ ਕਰੀਏ। ਹਾਓ ਮੈਨੀ ਫੈਕਟਰਸ ਡਜ਼ ਅ ਪ੍ਰਾਈਮ ਨੰਬਰ ਹੈਵ, ਕਿਸੇ ਅਪਾਜ ਸੰਖਿਆ ਦੇ ਕਿੰਨੇ ਗੁਣਨਖੰਡ ਹੁੰਦੇ ਨੇ। ਹਾਂਜੀ, ਅਪਾਜ ਸੰਖਿਆ ਪ੍ਰਾਈਮ ਨੰਬਰ, ਤਾਂ ਇਹ ਤਾਂ ਸਾਰਿਆਂ ਨੂੰ ਕਲੀਅਰ ਹੈ ਨਾ ਕਿਹੜੇ ਕਿਹੜੇ ਹੁੰਦੇ ਨੇ ਅਪਾਜ, 2, 3, 5, 7 ਐਂਡ ਸੋ ਓਨ। ਠੀਕ ਹੈ, ਤਾਂ ਇਹਨਾਂ ਦੇ ਗੁਣਨਖੰਡ ਕਿੰਨੇ ਹੁੰਦੇ ਨੇ ਬੇਟੇ, ਇਹਨਾਂ ਦੀ ਡੈਫੀਨੇਸ਼ਨ 'ਚ ਹੀ ਲਿਖਿਆ ਹੁੰਦਾ ਕਿ ਇਹਨਾਂ ਦੇ ਗੁਣਨਖੰਡ ਹੁੰਦੇ ਨੇ ਇੱਕ ਤਾਂ ਇੱਕ ਸੰਖਿਆ ਆਪ। ਠੀਕ ਹੈ, ਤਾਂ ਇਹਦਾ ਮਤਲਬ ਕਿੰਨੇ ਗੁਣਨਖੰਡ ਹੋ ਗਏ, 2। ਤਾਂ ਕਿਹੜੀ ਆਪਸ਼ਨ ਸਹੀ ਆਊਗੀ, 2 ਗੁਣਨਖੰਡ ਹੁੰਦੇ ਨੇ। ਠੀਕ ਹੈ, ਕਲੀਅਰ ਹੈ ਬੇਟਾ, ਚਲੋ ਅਗਲੇ ਕੁਸ਼ਚਨ 'ਤੇ ਚੱਲੀਏ, ਥਰਡ 1 'ਤੇ। ਹਾਂਜੀ, ਥਰਡ ਦੇ ਵਿੱਚ ਦੇਖੋ ਕਿੰਨਾ ਸੌਖਾ ਪੁੱਛਿਆ ਸੀ ਆਪਾਂ ਨੂੰ ਹੈ ਨਾ, ਵਟ ਇਜ਼ ਦਾ HCF ਆਫ 2 ਕੰਜੀਕਿਊਟਿਵ ਪ੍ਰਾਈਮ ਨੰਬਰਸ, 2 ਲਗਾਤਾਰ ਅਪਾਜ ਸੰਖਿਆਵਾਂ ਦਾ HCF ਕੀ ਹੁੰਦਾ। ਤਾਂ ਤੁਸੀਂ ਬੇਟਾ ਅੰਦਾਜ਼ਾ ਨਹੀਂ ਲਾਉਣਾ, ਤੁਸੀਂ ਆਪਣੇ 2 ਲਗਾਤਾਰ ਪ੍ਰਾਈਮ ਨੰਬਰ ਲੈ ਲਓ, ਜਿਵੇਂ 2 ਅਤੇ 3 ਲੈ ਲਏ, ਤੁਸੀਂ 3 ਅਤੇ 5 ਵੀ ਲੈ ਸਕਦੇ ਹੋ, ਇਹ 2 ਲਗਾਤਾਰ ਪ੍ਰਾਈਮ ਨੇ। ਤਾਂ ਹੁਣ 2 ਦੇ ਟੋਟੇ ਕੀ ਬਣਨਗੇ, 2 ਗੁਣਾ 1, 3 ਦੇ ਟੋਟੇ ਕੀ ਬਣਨਗੇ, 3 ਗੁਣਾ 1। ਠੀਕ ਹੈ, ਤਾਂ ਕਿਉਂਕਿ ਇਹਦੇ ਜੋ ਹੀ ਗੁਣਨਖੰਡ ਹੁੰਦੇ ਨੇ, ਸੰਖਿਆ ਆਪ ਅਤੇ 1, ਸਾਂਝਾ ਕੀ ਆ ਰਿਹਾ, 1, ਤਾਂ HCF ਕੀ ਹੋਊਗਾ, 1। ਠੀਕ ਹੈ ਜੀ, ਈਜ਼ੀ ਸੀ ਨਾ। ਤਾਂ 2 ਕੰਜੀਕਿਊਟਿਵ ਪ੍ਰਾਈਮ ਨੰਬਰਸ ਦਾ HCF ਕੀ ਹੁੰਦਾ, 1। ਨੈਕਸਟ ਕੁਸ਼ਚਨ ਦੇਖੋ, ਵਟ ਇਜ਼ ਦ ਡਿਗਰੀ ਆਫ ਅ ਲੀਨੀਅਰ ਪੋਲੀਨੋਮੀਅਲ, ਰੇਖੀ ਬਹੁਪਦ ਦੀ ਘਾਤ ਕਿੰਨੀ ਹੁੰਦੀ ਹੈ। ਦੇਖੋ ਇਹ ਆਪਾਂ 8th ਤੋਂ ਯਾਦ ਕਰਦੇ ਆ ਰਹੇ ਹਾਂ ਕਿ ਜਿਹੜਾ ਪੋਲੀਨੋਮੀਅਲ ਲੀਨੀਅਰ ਹੈ, ਰੇਖੀ ਹੈ, ਉਹਦੀ ਘਾਤ ਕਿੰਨੀ ਹੁੰਦੀ ਹੈ, 1। ਠੀਕ ਹੈ ਬੇਟਾ, ਚਲੋ ਜੀ ਨੈਕਸਟ ਕੁਸ਼ਚਨ 'ਤੇ ਚੱਲੀਏ ਫਿਰ ਆਪਾਂ। ਹਾਂਜੀ, 5th ਕੁਸ਼ਚਨ, ਥੋੜ੍ਹੀ ਜਿਹੀ ਸਟੇਟਮੈਂਟ ਆਪਾਂ ਜ਼ੂਮ ਕਰ ਲੈਂਦੇ ਹਾਂ। ਹਾਂਜੀ, ਕੀ ਸਟੇਟਮੈਂਟ ਹੈ, ਉਹਨੇ ਕਿਹਾ ਵੀ ਜੇ AX² ਪਲੱਸ BX ਪਲੱਸ C ਇਹ 2 ਘਾਤੀ ਬਹੁਪਦ ਹੈ। ਠੀਕ ਹੈ, ਤਾਂ C/A ਜਦੋਂ ਆਪਾਂ ਲਿਖਦੇ ਹਾਂ, C/A ਦਾ ਜ਼ੀਰੋਜ਼ ਨਾਲ ਕੀ ਰਿਲੇਸ਼ਨ ਹੈ, ਇਹਦੀਆਂ ਸਿਫਰਾਂ ਦੇ ਨਾਲ ਕੀ ਸੰਬੰਧ ਹੈ। ਤਾਂ ਆਪਾਂ ਕਦੋਂ ਲਿਖਦੇ ਹੁੰਦੇ ਹਾਂ ਬੇਟਾ, C/A ਜਦੋਂ ਹੁੰਦਾ ਸਿਫਰਾਂ ਦੀ ਗੁਣਾ, ਅਤੇ ਸਿਫਰਾਂ ਦੇ ਜੋੜ ਨੂੰ ਕੀ ਲਿਖਦੇ ਹੁੰਦੇ ਹਾਂ ਆਪਾਂ, ਮਾਈਨਸ ਦਾ B/A। ਠੀਕ ਹੈ, ਤਾਂ ਜਿਹੜਾ C/A ਹੈ ਉਹਦੇ ਲਈ ਕਿਹੜੀ ਆਪਸ਼ਨ ਸਹੀ ਹੋ ਰਹੀ ਹੈ, ਪ੍ਰੋਡਕਟ ਆਫ ਜ਼ੀਰੋਜ਼, ਸਿਫਰਾਂ ਦੀ ਗੁਣਾ। ਕੁਸ਼ਚਨ ਨੰਬਰ 6 ਦੇਖੋ ਕਿੰਨਾ ਈਜ਼ੀ ਹੈ, ਆਪਾਂ ਜ਼ੂਮ ਕਰਦੇ ਹਾਂ। ਇਹਨੇ ਆਪਾਂ ਨੂੰ ਇੱਕ ਗ੍ਰਾਫ ਬਣਾ ਕੇ ਦਿੱਤਾ ਅਤੇ ਇਹਦੇ ਵਿੱਚ ਇਹਨੇ ਪੁੱਛਿਆ ਕਿ ਸਿਫਰਾਂ ਦੀ ਗਿਣਤੀ, ਨੰਬਰ ਆਫ ਜ਼ੀਰੋਜ਼। ਤਾਂ ਨੰਬਰ ਆਫ ਜ਼ੀਰੋਜ਼ ਦੇਖੋ ਕਿਵੇਂ ਪਤਾ ਕਰਦੇ ਹੁੰਦੇ ਹਾਂ, ਜਿੱਥੇ ਗ੍ਰਾਫ ਆਪਣੇ ਐਕਸ ਐਕਸਿਸ ਨੂੰ ਜਿੰਨੀ ਵਾਰ ਕੱਟ ਕਰਦਾ। ਇਸ ਗ੍ਰਾਫ ਦੇ ਵਿੱਚ ਕਿੰਨੀ ਵਾਰ ਕੱਟ ਕਰ ਰਿਹਾ, ਸਿਰਫ ਇੱਥੇ A ਪੁਆਇੰਟ 'ਤੇ, 1 ਪੁਆਇੰਟ 'ਤੇ। ਤਾਂ ਇਹਦੀਆਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੋਣਗੀਆਂ ਜੀ, 1। ਕਲੀਅਰ ਹੋ ਗਿਆ ਰਾਜੇ ਸਾਰਿਆਂ ਨੂੰ, ਜੋ 6 ਕੁਸ਼ਚਨਸ ਆਪਾਂ ਕਰ ਚੁੱਕੇ ਹਾਂ। ਦੇਖੋ ਤੁਹਾਡੇ 6 ਚੋਂ ਕਿੰਨੇ ਨੰਬਰ ਆ ਗਏ। 7th ਕੁਸ਼ਚਨ ਦੇਖੋ, ਵਟ ਇਜ਼ ਦਾ ਵੈਲਿਊ ਆਫ ਕੇ ਸੋ ਦੈਟ ਦ ਪੇਅਰ ਆਫ ਲੀਨੀਅਰ ਇਕੁਏਸ਼ਨਸ, 2 ਆਪਾਂ ਨੂੰ ਲੀਨੀਅਰ ਇਕੁਏਸ਼ਨਸ ਗਿਵਨ ਨੇ, ਹੈਵ ਯੂਨੀਕ ਸੋਲਿਊਸ਼ਨ।
ਤਾਂ K ਦੇ ਕਿਹੜੇ ਮੁੱਲਾਂ ਦੇ ਲਈ A ਵਾਲੀ ਸਮੀਕਰਨ ਤੇ A ਵਾਲੀ ਸਮੀਕਰਨ ਦੋਨਾਂ ਦਾ ਇੱਕ ਵਿਲੱਖਣ ਹੱਲ ਹੋਊਗਾ। ਤਾਂ ਬੇਟਾ ਜੀ ਇਹਦੇ ਵਿੱਚ ਤੁਸੀਂ ਹੁਣ ਕੀ ਕਰਨਾ, ਵਿਲੱਖਣ ਹੱਲ ਵਾਲਾ ਰੂਲ ਲਗਾ ਕੇ ਦੇਖਣਾ ਹੈ ਨਾ। ਤਾਂ ਹੁਣ ਉਹਦੇ 'ਚ ਕੀ ਹੁੰਦਾ, A1 ਓਵਰ A2, B1 ਓਵਰ B2, C1 ਓਵਰ C2, ਇਹਨਾਂ ਦੇ ਵਿੱਚ ਰਿਲੇਸ਼ਨ ਕੀ ਹੁੰਦਾ, ਨੋਟ ਇਕੁਅਲ ਦਾ, ਤਾਂ ਹੀ ਵਿਲੱਖਣ ਹੱਲ ਹੋਊਗਾ। ਹੁਣ ਦੇਖੋ A1 ਕੀ ਹੈ ਆਪਣੇ ਕੋਲ, K, A2 ਕੀ ਹੈ 6, ਅਤੇ ਇੱਥੋਂ B1 ਕੀ ਹੈ ਮਾਈਨਸ ਦਾ 1, B2 ਕੀ ਹੈ ਮਾਈਨਸ ਦਾ 2। ਆਪਾਂ ਪਹਿਲੇ ਦੋ ਆਪਸ਼ਨਾਂ ਨਾਲ ਹੀ ਆਨਸਰ ਕੱਢ ਦਿੰਦੇ ਹਾਂ, ਮਾਈਨਸ ਨਾਲ ਮਾਈਨਸ ਕੈਂਸਲ ਹੋ ਗਿਆ, K ਇੱਧਰ ਹੀ ਰਹਿ ਜੂਗਾ, 6 ਨੂੰ ਉੱਧਰ ਲੈ ਜਾਓ ਕ੍ਰੋਸ ਮਲਟੀਪਲਾਈ ਕਰਕੇ ਐਵੇਂ, ਠੀਕ ਹੈ। ਤਾਂ 2 ਦੇ ਨਾਲ 6 ਕੱਟ ਗਿਆ, ਕਿੰਨਾ ਆਨਸਰ ਆਜੂਗਾ 3। ਤਾਂ K ਦਾ ਆਨਸਰ ਨੋਟ ਇਕੁਅਲ ਟੂ 3। ਤਾਂ ਦੇਖੋ ਇਹ ਆਪਸ਼ਨ ਕਿਹੜੀ ਹੈ, ਸੈਕਿੰਡ ਆਪਸ਼ਨ। ਕਲੀਅਰ ਹੋ ਗਿਆ ਰਾਜੇ ਸਵਾਲ, ਆਪਾਂ ਨੇ ਇਹੀ ਰੂਲ ਲਗਾਇਆ ਯੂਨੀਕ ਸੋਲਿਊਸ਼ਨ ਦੇ ਲਈ। ਕੀ ਰੂਲ ਹੁੰਦਾ ਕਿ ਜਿਹੜੇ ਤਿੰਨੋਂ ਅਨੁਪਾਤ ਨੇ ਇਹ ਬਰਾਬਰ ਨਹੀਂ ਹੁੰਦੇ। ਤਾਂ ਆਪਾਂ ਹੱਲ ਕਿਹਦੇ ਤੋਂ ਕੀਤਾ, ਪਹਿਲੇ ਦੋ ਅਨੁਪਾਤਾਂ ਤੋਂ, ਜਿਹਦੇ ਤੋਂ ਆਨਸਰ ਕੀ ਆ ਗਿਆ, ਕਿਊ ਨੋਟ ਇਕੁਅਲ ਟੂ 3। ਕਲੀਅਰ ਹੋ ਗਿਆ ਜੀ, ਆਪਾਂ ਹੁਣ 8ਵੇਂ ਸਵਾਲ 'ਤੇ ਚੱਲਦੇ ਹਾਂ। ਹਾਂਜੀ, ਇੱਥੋਂ ਸ਼ੁਰੂ ਹੋ ਗਈਆਂ ਆਪਣੀਆਂ ਫਿਲਅਪਸ, ਖਾਲੀ ਥਾਵਾਂ ਭਰੋ। ਦੇਖੋ ਪਹਿਲਾ ਕੁਸ਼ਚਨ ਕੀ ਹੈ ਖਾਲੀ ਥਾਂ ਦਾ, ਵੈਨ ਦਾ ਗ੍ਰਾਫਸ ਆਫ ਅ ਪੇਅਰ ਆਫ ਲੀਨੀਅਰ ਇਕੁਏਸ਼ਨਸ ਇੰਟਰਸੈਕਟ ਐਟ ਅ ਪੁਆਇੰਟ, ਦੈਨ ਦਿਸ ਪੇਅਰ ਆਫ ਇਕੁਏਸ਼ਨਸ ਹੈਜ਼ ਡੈਸ਼ ਸੋਲਿਊਸ਼ਨ। ਜੇਕਰ ਰੇਖੀ ਸਮੀਕਰਨਾਂ ਦੇ ਜੋੜੇ ਦਾ ਆਲੇਖ ਇੱਕ ਦੂਜੇ ਨੂੰ ਇੱਕ ਬਿੰਦੂ 'ਤੇ ਕੱਟਦੇ ਨੇ, ਤਾਂ ਕਹਿੰਦੇ ਉਹਨਾਂ ਦਾ ਸੋਲਿਊਸ਼ਨ ਕਿਸ ਤਰ੍ਹਾਂ ਦਾ ਹੋਊਗਾ। ਦੇਖੋ ਮੈਂ ਗ੍ਰਾਫ ਬਣਾ ਤਾ, ਪਿੰਕ ਲਾਈਨਾਂ ਨੇ ਜਿਹੜੀਆਂ ਉਹ ਤੁਹਾਡੇ ਸਮੀਕਰਨਾਂ ਦੇ ਜੋੜੇ ਦਾ ਆਲੇਖ ਦੁਆਰਾ ਬਣਾਈਆਂ ਹੋਈਆਂ ਲਾਈਨਾਂ ਨੇ, ਅਤੇ ਉਹ ਇੱਕ ਬਿੰਦੂ 'ਤੇ ਕੱਟ ਰਹੀਆਂ ਨੇ, ਤਾਂ ਸਮੀਕਰਨਾਂ ਦਾ ਕਿਸ ਤਰ੍ਹਾਂ ਦਾ ਹੱਲ ਲੱਗ ਰਿਹਾ, ਆਹੀ ਇੱਕ ਹੱਲ ਹੈ, ਤਾਂ ਇਹਦਾ ਮਤਲਬ ਯੂਨੀਕ ਸੋਲਿਊਸ਼ਨ ਹੈ। ਕਲੀਅਰ ਹੋ ਗਿਆ ਬੇਟਾ ਜੀ, ਯੂਨੀਕ ਸੋਲਿਊਸ਼ਨ, ਵਿਲੱਖਣ ਹੱਲ। ਅਗਲੀ ਖਾਲੀ ਥਾਂ, ਹਾਂਜੀ 9ਵੇਂ ਸਵਾਲ ਦੇ ਵਿੱਚ ਹੈ ਆਪਾਂ ਨੂੰ, ਇਹ ਪੇਅਰ ਆਫ ਲੀਨੀਅਰ ਇਕੁਏਸ਼ਨਸ ਐਕਸ ਇਕੁਅਲ ਟੂ 2 ਐਂਡ ਵਾਈ ਇਕੁਅਲ ਟੂ 6 ਗ੍ਰੈਫਿਕਲੀ ਰਿਪ੍ਰਜੈਂਟਸ ਡੈਸ਼ ਲਾਈਨਸ। ਰੇਖੀ ਸਮੀਕਰਨਾਂ ਦੇ ਜਿਹੜੇ ਜੋੜੇ ਹੈ ਦੋ ਦਿੱਤੇ ਹੋਏ ਆਪਾਂ ਨੂੰ, ਐਕਸ ਬਰਾਬਰ 2, ਵਾਈ ਬਰਾਬਰ 6, ਕਹਿੰਦਾ ਇਹਦਾ ਆਲੇਖ ਕਿਸ ਤਰ੍ਹਾਂ ਦੀਆਂ ਰੇਖਾਵਾਂ ਨੂੰ ਦਰਸਾਉਂਦਾ। ਚਲੋ ਆਪਾਂ ਇਹ ਬਣਾਉਂਦੇ ਹਾਂ, ਆਪਣੇ ਕੋਲ ਐਕਸ ਐਕਸਿਸ ਹੋ ਗਈ, ਵਾਈ ਐਕਸਿਸ ਹੋ ਗਈ, ਓਰੀਜਨ ਹੋ ਗਿਆ, ਠੀਕ ਹੈ, ਨੈਗੇਟਿਵ ਵਾਈ ਐਕਸਿਸ, ਨੈਗੇਟਿਵ ਐਕਸ ਐਕਸਿਸ। ਆਪਾਂ ਨੂੰ ਹੈ ਇੱਕ ਤਾਂ ਐਕਸ 2 ਦਿੱਤਾ ਹੋਇਆ, ਵਾਈ 6 ਹੈ, 1, 2, 3, 4, 5 ਐਂਡ 6। ਹਾਂਜੀ ਐਕਸ ਇਕੁਅਲ ਟੂ 2, ਤਾਂ ਐਕਸ ਦਾ 2 ਇੱਥੇ ਹੀ ਹੈ, ਤਾਂ ਇਹਦਾ ਲਾਈਨ ਕਿੱਦਾਂ ਬਣੇਗੀ, ਇਹ ਆਪਾਂ 9th 'ਚ ਸਿੱਖਿਆ ਹੋਇਆ ਨਾ, ਜਦੋਂ ਆਪਾਂ ਨੂੰ ਇੱਕੋ ਹੀ ਵੇਰੀਏਬਲ ਦੇ ਨਾਲ ਦਿੱਤਾ ਹੁੰਦਾ ਤਾਂ ਉਹ ਲਾਈਨ ਕਿਵੇਂ ਬਣ ਜਾਂਦੀ ਹੈ। ਤਾਂ ਵਾਈ ਇਕੁਅਲ ਟੂ 6 ਹੈ, ਤਾਂ ਵਾਈ ਇਕੁਅਲ ਟੂ 6 ਦੀ ਲਾਈਨ ਇੱਦਾਂ ਬਣੇਗੀ, ਠੀਕ ਹੈ। ਤਾਂ ਇਹ ਲਾਈਨਸ ਇਸ ਪੁਆਇੰਟ 'ਤੇ ਕੱਟ ਰਹੀਆਂ ਨੇ, ਤਾਂ ਹੈਗੀਆਂ ਤਾਂ ਕਾਟਵੀਆਂ ਨੇ, ਮਤਲਬ ਜਾਂ ਤਾਂ ਦੂਜਾ ਆਪਸ਼ਨ ਆਊਗਾ ਜਾਂ ਚੌਥਾ ਆਪਸ਼ਨ ਆਊਗਾ, ਪਰ ਕੱਟ ਕਿਹੜੇ ਪੁਆਇੰਟ 'ਤੇ ਰਹੀਆਂ ਨੇ। ਦੇਖੋ ਐਕਸ ਕਿੰਨਾ ਉਰੇ 2, ਅਤੇ ਵਾਈ ਕਿੰਨਾ 6, ਤਾਂ ਕਿਹੜੇ ਪੁਆਇੰਟ 'ਤੇ ਕੱਟ ਰਹੀਆਂ ਨੇ ਇਹ, 2, 6 ਪੁਆਇੰਟ 'ਤੇ। ਤਾਂ ਦੇਖੀਏ ਆਪਾਂ ਕਿਹੜੇ ਆਪਸ਼ਨ 'ਚ ਆ ਰਿਹਾ, ਹਾਂਜੀ ਇਹ ਹੈਗਾ ਚੌਥਾ ਆਪਸ਼ਨ, ਇੰਟਰਸੈਕਟਿੰਗ ਐਟ ਪੁਆਇੰਟ 2, 6, ਬਿੰਦੂ 2, 6 'ਤੇ ਕਾਟਵੀਆਂ ਨੇ। ਅਗਲਾ ਦੇਖੋ, ਉਹ ਆਪਣੇ ਕੋਲ ਫਿਲਾਪੀ ਹੈ, ਪ੍ਰੋਬੇਬਿਲਿਟੀ ਆਫ ਐਨ ਇਵੈਂਟ ਈ ਪਲੱਸ ਪ੍ਰੋਬੇਬਿਲਿਟੀ ਆਫ ਇਵੈਂਟ ਨੋਟ ਈ, ਤਾਂ ਉਹਦਾ ਕਿੰਨਾ ਆਨਸਰ ਹੁੰਦਾ ਜੀ 1, ਘਟਨਾ ਈ ਦੀ ਸੰਭਾਵਨਾ ਪਲੱਸ ਘਟਨਾ ਈ ਨਹੀਂ ਦੀ ਸੰਭਾਵਨਾ। ਮੈਂ ਤੁਹਾਨੂੰ ਕਿਸ ਤਰ੍ਹਾਂ ਲਿਖ ਕੇ ਦੱਸਿਆ ਹੋਇਆ, ਦੇਖੋ ਇੱਦਾਂ ਪੀ ਈ ਐਂਡ ਪੀ ਈ ਨੋਟ, ਇਹਨਾਂ ਦਾ ਆਨਸਰ ਕਿੰਨਾ ਹੁੰਦਾ 1। ਦੋਨੋਂ ਫਿਲਅਪਸ ਕਲੀਅਰ ਨੇ। ਹਾਂਜੀ 11th ਕੁਸ਼ਚਨ 'ਤੇ ਆ ਗਏ, 11th ਕੁਸ਼ਚਨ ਜਿਹੜਾ ਸੀ ਤੁਹਾਨੂੰ ਮੈਨੂੰ ਲੱਗਦਾ ਕਈ ਬੱਚਿਆਂ ਨੂੰ ਥੋੜ੍ਹਾ ਜਿਹਾ ਔਖਾ ਲੱਗਿਆ ਹੋਊਗਾ, ਇਹਨੂੰ ਆਪਾਂ ਥੋੜ੍ਹਾ ਹੋਰ ਵਧੀਆ ਤਰ੍ਹਾਂ ਨਾਲ ਡਿਸਕਸ ਕਰਦੇ ਹਾਂ, ਠੀਕ ਹੈ। ਉਹਨੇ ਕੀ ਕਿਹਾ, ਵਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਐਨ ਆਰਡਨਰੀ ਈਅਰ ਹੈਜ਼ 53 ਸੰਡੇਜ਼, ਗੈਰ ਲੀਪ ਸਾਲ ਵਿੱਚ 53 ਐਤਵਾਰ ਹੋਣ ਦੀ ਕੀ ਸੰਭਾਵਨਾ ਹੈ। ਹੁਣ ਬੇਟੇ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿਸ ਤਰ੍ਹਾਂ ਦਾ ਸਾਲ ਹੈ, ਆਰਡਨਰੀ ਈਅਰ ਹੈ, ਗੈਰ ਲੀਪ ਸਾਲ ਹੈ, ਤਾਂ ਜਦੋਂ ਕੋਈ ਸਾਲ ਲੀਪ ਦਾ ਨਹੀਂ ਹੁੰਦਾ ਤਾਂ ਉਹਦੇ ਵਿੱਚ ਕਿੰਨੇ ਦਿਨ ਹੁੰਦੇ ਨੇ, 365 ਦਿਨ। ਜੇ 365 ਦਿਨ ਨੇ ਤਾਂ ਕੁਝ ਹਫ਼ਤੇ ਵੀ ਹੋਣਗੇ, ਹਫ਼ਤੇ 'ਚ ਕਿੰਨੇ ਦਿਨ ਹੁੰਦੇ ਨੇ 7, ਆਪਾਂ ਭਾਗ ਕਰਕੇ ਦੇਖਦੇ ਹਾਂ ਕਿ ਟੋਟਲ ਹਫ਼ਤੇ ਕਿੰਨੇ ਬਣਦੇ ਨੇ, 7 × 5 = 35, 15 × 7 = 14, ਅਤੇ ਬਚ ਗਿਆ ਆਪਣੇ ਕੋਲ 1। ਇਹਦਾ ਮਤਲਬ 52 ਹਫ਼ਤੇ ਆਪਣੇ ਕੋਲ ਪੂਰੇ ਨੇ,
किन्ने पूरे ने बेटा 52 हफ्ते 52 वीक्स। तो यदा मतलब 52 संडेज़ तो क्लीयर हो गए ना, भी तो होणगे संडे की 52 ही मंडे होणगे, 52 ही ट्यूजडे होणगे, 52 ही वैनसडे, इदा सारे जिहड़े दिन ने 52 तो होणगे। ठीक है, 52 हफ्ते ने ना अपने कोले पूरे। हुण रह गया अपने कोले एक दिन बाकी। हुण जिहड़ा ये एक दिन है यही अपने संडे 52 संडेज़ 53 कर सकता है। ठीक है, तो हुण ये एक दिन देखना आपां भी इहदे संडे होण दी की संभावना है। तो जिहड़ा बेटा ये 1 डे बचूगा, ये संडे भी हो सकता है, ये मंडे भी हो सकता है, ट्यूजडे वैनसडे थर्सडे फ्राइडे ते सैटरडे, इन्हां दे विचों कोई भी यह एक दिन हो सकता है। इहदा मतलब अपने कोले टोटल ऑप्शनस किन्नियां ने, कुल नतीजे किन्ने ने अपने कोले 7 ने। ठीक है, तो उहदे विचों संडे किन्नी वार आ रहा है, एक वारी, तां एक जिहड़ा है होर संडे होण दी संभावना किन्नी हो जूगी, 1/7, क्योंकि 52 तो अपने कोल पहले ही सी, आपां 53 करने सी, 53वां संडे होण दी संभावना की है, 1/7। दोबारा देखो, जे आपां ने 53 ऐतवार की संभावना कढ़नी है, नॉन लीप ईयर है तो 365 दिनों नूं जदों आपां 7 नाल डिवाइड करते हैं, 52 हफ्ते बेटा पूरे हो जाते हैं, तो एक बाकी बचता, वो एक बाकी बचता होया दिन कोई भी हो सकता है 7 दिनों के विचों। तो यदा मतलब अपने कोले कुल रिजल्ट किन्ने ने 7, तो उन्होंने संडे किन्नी बार आऊगा, 1 वारी, तो संभावना किन्नी होगी 1/7। केड़ी ऑप्शन सही होगी? फस्ट ऑप्शन। अगला क्वेश्चन थोड़ा सारिया का मैनू लगता सही ही होगा, अ डाइस थ्रोन वंस व्हाट विल बी द प्रोबेबिलिटी ऑफ गैटिंग अ प्राइम नंबर। सिक्के इको बारी उछालिया गया तो अपाज संख्या प्राप्त करने की संभावना, जे सिक्का इको बारी उछालिया, आप सिक्का पासा, ठीक है, पासा मतलब डाइस, ठीक है, इको बारी उछालिया आप, नतीजे कुल किन्ने ने अपने कोले 6/6 आऊगा। ठीक है, फिर प्राइम नंबर केड़े केड़े ने, 2 है 3 है तो 5 है, ये आ गया अपने कोले 3, इन्हों कटा लो कि आंसर आ जूगा 1/2। तो केड़ी ऑप्शन सही होगी अपने कोले? सैकेंड ऑप्शन। तो 11वां ते 12वां क्वेश्चन चंगी तरह समझ आ गए ने सारिया नू, है ना, तो आप 13वां 14वां क्वेश्चन करते हैं। दोनों क्वेश्चनस बेटे यह सीगे थ्योरम्स की डेफिनेशन, थ्योरम की जिहड़ी स्टेटमेंट सी तुहाड़ी इंग्लिश मीडियम वालियां दी बुक दे विच, मैं तुहानू दस भी दिनी आ भी ये किहड़े नंबर पेज ते है थ्योरम लिखी हुई है, ये हैगी है बेटा पेज नंबर 12 ते। पंजाबी मीडियम बुक मेरे को इस टाइम अवेलेबल है नहीं, 1.3 एक्सरसाइज तो पहला, एक पेज पहला, 1.3 एक्सरसाइज तो एक पेज पहला, ठीक है, तो उतों तुसी देख सकते हो। तो की है ये, कहें भी जे पी एक प्राइम नंबर है और पी डिवाइड कर रहा है के स्केयर नू पूरा पूरा, तो कहें भी जेड़ा पी है वह के नू भी डिवाइड करूगा, ये डेफिनेशन की ये स्टेटमेंट है थ्योरम की। उत्थे उन्हें के की जगह ए वरत्या होया, इफ पी बी ए प्राइम नंबर एंड पी डिवाइड्स ए स्केयर दैन पी डिवाइड्स ए वेयर ए इज़ ए पॉजिटिव इंटीजर। तो ये तुसीं याद रखना है थ्योरम दी स्टेटमेंट। तो इहदा सही आंसर की आऊगा? के। ये किहदे च वरतदे हुंदे सी बेटे? आपां 1.3 दे जदों आपां इस तरह के थरैटिकल जे क्वेश्चन करते हुंदे आ कि हाँ जी सिद्ध करो अंडर रूट 2 अपरिमेय संख्या, अंडर रूट 5 अपरिमेय संख्या, उहदे विच आपां इस थ्योरम दी स्टेटमेंट नूं यूज़ करते हुंदे आ। अगला देखो, ये 9th का ही क्वेश्चन है, तकरीबन इस 9th के आपां इहनूं बहुत यूज़ किया, 10th भी ये यूज़ होंदा। ए रीयल नंबर इज़ कॉल्ड अ जीरो ऑफ पोलीनोमियल एफ एक्स। कहिंदे कोई रीयल नंबर ए है उहनूं आपां किसे पोलीनोमियल एफ एक्स की सिफर कदों कहांगे, जीरो कदों कहांगे? हाँ जी, जदों आपां मतलब गुणनखंड ला लो, नौवीं च आपां गुणनखंड शब्द वरतदे हुंदे सी, जदों बेटे उहदे विच इह अक्खर भरन ते आंसर जीरो आ जावे तद ही आपां कहिंदे हुंदे सी वी ए इहदा गुणनखंड हैगा। इहनूं मैं एक एग्जाम्पल लै के समझाउनी आ, जिवें आपां नूं एक्स प्लस 2 दिता होया, ठीक है, पोलीनोमियल, तो उन्हें कहा भी चैक करो एक्स बराबर -2 इहदी सिफर हैगी है कि नहीं, तो आपां एक्स की थां ते -2 भरदे हुंदे सी, हल करदे हुंदे सी, जे जीरो आ गया तो कहिंदे हुंदे सी हाँ, जे नहीं आया तो आपां कहिंदे हुंदे सी ना। तो उही गल बेटे इत्थे डेफिनेशन ही पुछ रहे हैं कि ए जिहड़ा है वह बहुपद की सिफर कदों होगा, भी जदों उहदे विच बहुपद दे विच ए भरन ते आंसर जीरो आजूगा या बाकी जीरो आजूगा। ठीक है, क्लीयर हो गया 14वें सवाल तक?
हाँ जी, 15वां सवाल बेटे आपां ने करना सी समीकरणां हल करनियां। ठीक है, दो समीकरणां दित्तियां हुई हैं, एक्स प्लस वाई बराबर 14, एक्स माइनस वाई बराबर 4। तो सब तो सही सौखा मैथड ये की सी, एलीमीनेशन मैथड। तो एलीमीनेशन मैथड के वाई वाई तो पहले ही कट रहा है, ओपोजिट न ये निशानियाँ लगिया हुई हैं। हुण ये भी एक एक्स है, ये भी एक एक्स है, किन्ने एक्स हो गए 2x, उधर 14 ते 4 किन्ने हो गए 18। तो एक्स का आंसर किन्ना आजूगा, 18/2 कट के आ गया 9। हुण देखो ये जिहड़े आए दिते हुए ने उन्होंने सिर्फ पहले दे विच एक्स 9 है, तो ये तो आप टिक लगा देंगे बिना देखे, ठीक है, भी यही आंसर होगा। पर जे ये आपां रिटर्न क्वेश्चन आता है तो वाई का आंसर तो कढ़ना पेगा, वह किवें कढ़ते होंगे, एक्स के आंसर दोनों समीकरणों के किसी एक दे भर दो। आप फस्ट वाले भरते हैं एक्स की थान पर 9 प्लस वाई बराबर 14, वाई इधर ही रह जूगा, 9 उधर जाके घट जूगा, 14 चो 9 गए 5, तो अपने को आंसर आऊगा एक्स बराबर 9 वाई बराबर 5। तो कि ऑप्शन सही होगी, फस्ट ऑप्शन। आप कि विधि लाई है, एलीमीनेशन मैथड, विलोपण विधि। ठीक है जी, हाँ जी, 16वें सवाल तो अपने शुरू हो गए ट्रू फॉल्स क्वेश्चन। पहले चो उन्हें पूछे अंडर रूट 5 माइनस 3 माइनस 2 इज़ ए रैशनल नंबर, बट बेटा आपां नूं क्लीयरली दिख रहा है कि एक रूट 5 हैगा तो वह किसी नाल नहीं कट रहा, अपने कोल परिमेय संख्या नहीं बच रही, तो ये इहनू परिमेय किवें कह देंगे आपां, तो यह की हो जूगा गलत। अगले च हैगा कहिंदे एक लीनियर पोलीनोमियल है, हुण लीनियर की जिहड़ी डिग्री हुंदी है वह किन्नी हुंदी है 1, तो इहदी डिग्री किन्नी आ रही है 2, तो यह भी की हो जूगा गलत। तो लीनियर पोलीनोमियल की हाईएसट डिग्री किन्नी हुंदी है 1 हुंदी है। इहने किहड़ी पोलीनोमियल दित्ती हुई है, इत्थे पोलीनोमियल भी नहीं हैगी, इहने इक्वैलिटी का साइन वरत्या होया, तो यह इक्वेशन है, क्वाड्रैटिक इक्वेशन। हाँ जी, 18वें सवाल पर आ गए, द प्रोबेबिलिटी ऑफ अ श्योर इवेंट इज़ 1, किसी निश्चित घटना के वापरन की संभावना 1 होंगी है। हाँ जी बिल्कुल सही है, ठीक है, निश्चित की 1 होंगी है तो अनिश्चित की 0 होंगी है। 19वां देखो, थोड़ा जूम कर लिए, हाँ जी, ये इन्हें कहा है, ए सिस्टम ऑफ लीनियर इक्वेशन इज सैट टू बी कंसिसटेंट इफ इट हैज़ एटलीस्ट 1 सोल्यूशन, रेखी समीकरणों के जोड़े नूं संगत कहा जाता है जेकर इसका घट तो घट एक हल हो। हाँ जी, संगत आपां कदों कदों कहा सी, एक तो आपां उन्हूं एक हल दे विच कहा सी, एक आपां अनेकां हल दे विच कहा सी, ठीक है, 3.2 दे विच जदों आपां सारे वो A1 ओवर A2 वाले रूल्स नहीं किए सी, उदों आपां संगत ते असंगत वाले भी सारे डिस्कस किए सी, वी जदों यूनीक सोल्यूशन है उदों भी आपां कहिंदे आ हल संगत है, जदों अनेक हल ने उदों भी आपां कहिंदे आ कि हल संगत है, तो इत्थे भी यही गल कह रहा भी घट्टो घट एक हल होगा ता ही संगत कहना है। हाँ जी, ये बिल्कुल सही कह रहे हैं, ठीक है जी। 19वां सवाल भी समझ आ गया, हुण आ गया आपां लास्ट 20वें सवाल ते, जिहड़ा 1-1 मार्क्स वाला। इहदे विच देखो ये भी अपने कोल ट्रू फॉल्स ही है, ये कह रहे हैं द पेयर ऑफ लीनियर इक्वेशनस, आ दो लीनियर इक्वेशन दित्तियां हुई हैं, कहिंदे इन्हां दा एग्जैक्टली 1 सोल्यूशन होगा, एक विलक्षण हल होगा जेकर आ सिचुएशन लगती है। कि सिचुएशन कही है इन्हें, A1/A2 A1/B1 लिखे, एक मिनट, A1/B1 बराबर A2/A2, तो इदा तो होंदा ही नहीं है ना, A1/A2 होगा, B1/B2 होगा, इधर तो A2/A2 दिता हुआ, जे आप इन कटा भी लें तो A1/B1 आजूगा, तो यह भी कोई अपने को एग्जैक्टली 1 सोल्यूशन वाली कंडीशन है नहीं। अपनी कंडीशन की होंगी है, A1/A2 इज नॉट इक्वल टू B1/B2, ये आपस च बराबर नहीं होने चाहिए, तो यदा मतलब ये भी की हो गया गलत। हुण अपने कोल बेटा इस तो बाद स्टार्ट हो जाएंगे क्वेश्चन भाग आड़ा दे, जिहड़े हैगे सी अपने कोले 2-2 अंकां दे। इहदे विच फस्ट क्वेश्चन देखो,
ये स्वीट सैलर मिठाई नू बेचन वाला एक दुकानदार है। 420 काजू बर्फीज़ ते 130 जड़े ने बादाम बर्फीज़। शी वॉन्ट्स टू स्टैक दैम इन सच अ वे दैट ईच स्टैक हैज़ द सेम नंबर ऑफ बर्फीज़ एंड दे टेक अप द लीस्ट एरिया ऑफ द ट्रे। वट इज़ द नंबर ऑफ बर्फीज़ दैट कैन बी प्लेस्ड इन ईच स्टैक फॉर दिस परपज़। तो ये बेटा आप करना है 420 130 इन्ह एच सी एफ कढ़ना। तुसी जिहड़ी मर्जी विधि ना कढ़ सकते हो, मैं इनू यूकलिड वंड विधि नाल कढ़ रही हूँ। ठीक है, हुण 13 दे पहाड़े ते देखो 42 तो छोटा आप 3 ते होने 13 30 39 390 घटा लो 12 4 9 गए 3 इधरों 0 ही है 30 हुण जिहड़ा है वह 130 तो छोटा रह गया 30 आप बाहर रख लाँगे 130 आप अंदर रख लाँगे। हुण इह किन्ने ते जाऊगा 4 ते 120 घटा के किन्ना आ गया 10 फिर छोटा रह गया तो आप 10 बाहर रख लेना 30 अंदर रख लेना 10 30 30 तो कितने जाके अपनी जड़ी है वह भाग इस तरह की यूकलिड वंड खत्म हो गई 10 से। तो एच सी एफ किन्ना आ गया 10। तो यदा सही आंसर किन्ना होगा 10। जो आप दूसरे ढंग ना कढ़ना चाहिए प्राइम फैक्टर्स बना के तो उदा भी कर सकते हैं। देखो 420 है, 2 दे पहाड़े ते गया, फिर 2 दे पहाड़े ते गया, फिर इन्हू 5 दे पहाड़े ते जावांगे, फिर 3, फिर 7, दूसरा सीगा 130, 2 दे पहाड़े ते, फिर 5 दे पहाड़े ते, फिर 13 दे पहाड़े ते। ठीक है जी, हुण अपने कोले सांझे किहड़े किहड़े आ रहे ने 5 ते 2। तो इहदा मतलब एच सी एफ किन्ना है 2 × 5 मतलब 10। ठीक है जी, दोनों विधियां दे नाल थोड़ा आंसर किन्ना आया 10। जिहड़ी ऑप्शन सही आई है थर्ड ऑप्शन। हाँ जी, सवाल नंबर 22। सवाल नंबर 22 दे विच की है, एच सी एफ कढ़ना आपां 26 ते 91 का। ठीक है, तो ये तो बहुत सौखा है ना, 26 जिहड़ा है बेटा। हाँ जी, 26 दे टोटे की बनणगे 13 × 2। 91 दे टोटे की बनणगे 13 × 7, 13 7 91। तो सांझा की आ रहा है 13, तो 13 ही इहदा की होगा एच सी एफ। अगला क्वेश्चन हैगा अपने कोले के क्वाड्रेटिक पोलीनोमियल पता करनी है। सम ते प्रोडक्ट ऑफ जीरोस गिवन, सिफरों का जोड़ ते सिफरों की गुणा आपां नूं पता है ते दो घाती बहुपद लिखना। तो की फॉर्मूला हुंदा बेटा अपना, एलसीएम एक्स स्केयर माइनस एस एक्स प्लस पी। तो एलसीएम तो है नहीं इन्हों का क्योंकि बटिया च है नहीं। ठीक है, तो 1 ही लिख लो। सम किन्ना दिता हुआ माइनस का 3, एक माइनस अपने उरे फार्मूले का, जे आप इतने ए लिखा तो अगली लाइन से इनू प्लस कर देंगे। ठीक है, तो पी किन्ना दिता हुआ सिफर की गुणा 2, तो एक्स स्केयर इतने आ जूगा प्लस 3x + 2। तो कि ऑप्शन सही है अपने को, थर्ड ऑप्शन। क्लीयर हो गया जी, चलो आप 24वें सवाल पर चलते हैं। हाँ जी, ये इन्हें पूछा सी वट विच आर द जीरोज़। जीरोज़ मतलब सिफर पता करन नू कह रहे हैं। सिफर किमें पता करनिया ने, वो आपां गुण खंड विधि नाल पता करनिया ने। तीसरी रकम नू पहली रकम नाल गुणा किता किन्ना बन गया 8, 8 दे टोटे किन्ने बने 2 × 2 = 8 ते 8 = 8। किमें डिसाइड करते होंने भी की चुनना है, जिन्हों नू घटा के या जोड़ के बचालड़ली रकम बने। तो ना आ साइन चेंज करना है, ना आ साइन चेंज करना है, आपां सिर्फ 2 नू लिखना है कि 4x - 2x। तो इत्थे बाहर माइनस का साइन है, तो दोनों साइन अंदरले चेंज हो गए। एक्स कॉमन आ गया x - 4, इत्थे अपने कोले 2 कॉमन आ गया x - 4। इहदे विच कोई भी कन्फ्यूजन हो रही है बेटे, जे तुहानू नहीं पता लग रहा किसी एक अद्धे बच्चे नू, तो इहदियां वीडियोज़ मेरिया बनिया हुई हैं गुणखंड सिखाउण वालियां, जिहदे विच आपां बहुत सारे सम सॉल्व किए हुए ने, तुसीं उह वीडियोज़ भी देख सकते हो मेरे चैनल पर जाके। ठीक है, तो पहले तो अपने कोले सिफर की आ रही है माइनस का 2, तो दूसरे तो सिफर की आ रही है प्लस का 4। ये किदां आ रहा है,
जो आप अपने गुणखंड बराबर जीरो भरते हाँ तो अपने को उतों आंसर आ जाता कि सिफर है, पर आप इतने शो नहीं करना बिकॉज अपने को इक्वेशन नहीं है, अपने को पॉलीनोमियल है, तो इन रफली रफ साइड के सॉल्व करके देख सकते हो। जिमें आप एक्स माइनस चार बराबर जीरो करके देखा तो एक्स कि आ जूगा चार, तो दो अपने को सिफर कि आ गई माइनस का दो ते चार। हाँ जी आ वाला क्वेश्चन देखो, ये आप बहुत बारी अपन वीडियोज़ के हंडर्ड डेज़ वाली शीट्स के डिस्कस कर चुके हैं, ये इन्हें इतने सॉल्व करना नहीं पूछा, आपां नूं सिर्फ इक्वेशनस बनाना पूछे, सम उही सेम है। देखो मीना वेंट टू ए बैंक टू विदड्रॉ रूपीज़ 2000, 2000 रुपये कढ़वाण गई है, तो उन्हें कैशियर नूं की कहा कि मैनू 50 रुपए दे ते 100 रुपए दे नोट देने ने। आपां किवें मन्निया सी कि 50-50 रुपए वाले मान लो एक्स नोट ने, तो 100-100 रुपए वाले उहदे कोले वाई नोट ने, तो मीना नूं कुल 25 नोट प्राप्त होए, तो इहदा मतलब पहली क्वेश्चन तो इत्थों ही बन गई भी एक्स प्लस वाई किन्ना 25, क्योंकि उहनूं दोनों तरह के नोटां की गिणती किन्नी प्राप्त हुई है 25। दूजी गल उहनूं 2000 रुपया बनाउणा है, यही नोटां दा उहने 2000 रुपया बनाउणा है, तो जे उहदे कोल 50-50 रुपए वाले एक्स ने तो उहदे कोल टोटल मनी किन्नी होजूगी 50x, 100-100 रुपए वाले उहदे कोल वाई ने तो उहदी टोटल मनी किन्नी होजूगी 100y, फिर इन्हां दा ग्रैंड टोटल किन्ना होजूगा दोनों का 2000 रुपए। देखो ये दोनों समीकरण तुहानूं कि ऑप्शन के दिख रही हैं, एक्स प्लस वाई बराबर 25, 50x प्लस 100y बराबर 2000, बिल्कुल सही थोनों पहली ऑप्शन के दिख रही हैं, पहली ऑप्शन दे विच। ठीक है जी, तो 25वें सवाल तक आप पहुँच चुके हैं, तो देख लो हुण इत्थे तक थोड़े किन्ने किन्ने सवाल सही हो गए। 26वां क्वेश्चन, फिर अपने कोल इक्वेशनस ने, हाँ जी दोनों इक्वेशनस नूं आपां सॉल्व करना है, किन्ने किन्ने इक्वेशनस ने, 3x प्लस 4y इक्वल टू 10, दूजी हैगी है 2x माइनस 2y इक्वल टू 2। तो इन्हों आप दो तरीक हल कर सकते हैं, हूँ आप थोड़ा जा सौखे तरीके हल कर दें। देखो 3 ते 2 गुणा करना आपस थोड़ा जा लंबा हो जूगा, इतने 4 हैगा उरे 2 हैगा, तो 2 आप 4 तो बना सकते हैं ना 2 ना गुणा करके, तो इतने सिर्फ आप दूजी इक्वेशन 2 ना गुणा करा, पहली 1 ही गुणा करा। देखो फस्ट में आई लिखती, दूजी नूं आपां 2 ना गुणा करनी है। हाँ जी हुण इहदे ते फिर विलोपन विधि लगा दो, आ तां कट गए ओपोजिट साइन सी, उरे आ जूगा 4 ते 3 7, 10 ते 4 14, एक्स दा आंसर किन्ना आ गया 14/7, कट के किन्ना आ गया 2। हुण एक्स बराबर 2 अपने कोल इक्को ही ऑप्शन दे विच है, वह हैगी है पहली, पर आपां पूरा सवाल हल करांगे, जिथे एक्स है अपने कोले पहली समीकरण दे विच उत्थे आपां 2 भरता, हाँ जी समीकरण हल कर लो, 4y बराबर 4 ते y किन्ना आ जूगा 4/4, कट के आ गया 1, तो एक्स बराबर 2 y बराबर 1 ये अपना आंसर है, तो केड़ी ऑप्शन दे विच है, पहली ऑप्शन दे विच एक्स बराबर 2 y बराबर 1। अगला क्वेश्चन भी देखो अपनी बुक के विच्चों ही सीगा, उन्हें कहा है कि डिफरेंस बिटवीन हाँ जी डिफरेंस बिटवीन 2 नंबर्स इज 26, तो आप 2 नंबर मान लो, मान लो आप मान ले एक्स ते वाई, इन्हों का जोड़ा डिफरेंस है एक्स माइनस वाई वह कि दिता होया 26। हूँ इतने आपस मूहे रखे तो मन ये भी दसना पेगा भी जोड़े आप दो मन्ने ने इन्हों एक्स व्डा, तो एक्स माइनस वाई बराबर 26 अपने को पहली इक्वेशन आ गई। दूजी उन्हें की कहा है, 1 नंबर इज़ 3 टाइम्स द अदर, एक नंबर दूजे नालों 3 गुणा है, हूँ 3 गुणा करन लई पहला आपां नूं दोनों एक दूजे के बराबर लिख लो, हूँ 3 गुणा कौन होगा जो बड़ा होगा, हूँ ये तो 3 गुणा पहला ही है, तकड़ी बराबर करने लिए आप 3 किधर लावांगे दूसरे पासे, तो इतों समीकरण की बन गई एक्स माइनस 3y बराबर 0। तो इन आप हल किमें करना है, दो ढंग ने, देखो एक तो आ दो समीकरण बन गई,
ਕਿਹੜੀਆਂ ਕਿਹੜੀਆਂ? ਇੱਕ ਤਾਂ ਆਹ ਵਾਲੀ, ਇੱਕ ਆਹ ਵਾਲੀ। ਇਹਨੂੰ ਆਪਾਂ ਵਿਲੋਪਨ ਵਿਧੀ ਨਾਲ ਹੱਲ ਕਰ ਸਕਦੇ ਹਾਂ। ਇੱਕ ਦੂਜਾ ਤਰੀਕਾ ਕੀ ਬਣ ਗਿਆ? ਸਬਸਟੀਟਿਊਸ਼ਨ ਮੈਥਡ। ਆਹ ਵਾਲਾ ਜਿਹੜਾ ਆਪਣੇ ਕੋਲ ਵੈਲਿਊ ਹੈ ਐਕਸ ਦੀ 3y, ਉਹ ਇਹਦੇ ਵਿੱਚ ਭਰ ਦਿਉ। ਤਾਂ ਪਹਿਲਾਂ ਆਪਾਂ ਇਹੀ ਮੈਥਡ ਲਗਾਉਂਦੇ ਹਾਂ, ਐਕਸ ਦੀ ਥਾਂ 'ਤੇ 3y ਭਰਦੇ ਹਾਂ। 3y 'ਚੋਂ 1y ਗਏ 2y, ਤਾਂ y ਕਿੰਨਾ ਆ ਗਿਆ? 26/2, 13। ਤਾਂ y ਦਾ ਮੁੱਲ 13 ਆ ਗਿਆ, ਤਾਂ x ਦਾ ਮੁੱਲ ਕਿੰਨਾ ਆਊਗਾ? 3y ਸੀਗਾ, ਤਾਂ 13 × 30 = 39। ਕਿਹੜੀ ਆਪਸ਼ਨ ਸਹੀ ਆ ਗਈ ਆਪਣੇ ਕੋਲ? ਪਹਿਲੀ ਆਪਸ਼ਨ, 13 × 39। ਹੁਣ ਆਪਾਂ ਕਹਿ ਰਹੇ ਸੀ ਹੋਰ ਤਰੀਕਾ ਵੀ ਹੈਗਾ, ਕਿਵੇਂ ਆਪਾਂ ਸਮੀਕਰਨਾਂ ਬਣਾਈਆਂ ਸੀ। x-y = 26 ਅਤੇ x-3y = 0। ਇਹਦੇ 'ਤੇ ਆਪਾਂ ਵਿਲੋਪਨ ਵਿਧੀ ਲਗਾ ਦਿੰਦੇ ਹਾਂ। ਐਕਸ ਐਕਸ ਕੱਟ ਗਏ, ਪਲੱਸ ਦੇ 3 ਚੋਂ 1y ਘਟਾਵਾਂਗੇ, ਪਲੱਸ ਦਾ 2y, ਉੱਧਰ ਰਹਿ ਗਿਆ 26, ਅਤੇ y ਕਿੰਨਾ ਆ ਗਿਆ? 26/2, 13। ਹੁਣ ਇਹਨੂੰ y ਨੂੰ ਆਪਾਂ ਫਸਟ ਵਿੱਚ ਭਰ ਲੈਂਦੇ ਹਾਂ, ਉੱਧਰ ਜਾ ਕੇ 13 ਪਲੱਸ ਹੋ ਗਿਆ, x ਕਿੰਨਾ ਆ ਜੂਗਾ? 39। ਦੇਖੋ ਓਨਾ ਹੀ ਆਂਸਰ ਓਨਾ ਹੀ ਆਉਣਾ ਆਪਣੇ ਕੋਲ, ਪਰ ਆਪਾਂ ਇਹਨੂੰ ਦੋ ਅਲੱਗ ਅਲੱਗ ਵਿਧੀਆਂ ਦੇ ਨਾਲ ਹੱਲ ਕਰ ਸਕਦੇ ਹਾਂ। ਹੁਣ ਆਪਾਂ ਆ ਜਾਂਦੇ ਹਾਂ ਆਪਣੇ 28ਵੇਂ ਕੁਸ਼ਚਨ 'ਤੇ, ਜਿਹੜਾ ਹੈਗਾ ਸੰਭਾਵਨਾ, ਪ੍ਰੋਬੇਬਿਲਿਟੀ। ਇਹਦੇ ਵਿੱਚ ਕੀ ਸੀ? 3 ਆਪਣੇ ਕੋਲ ਬੇਟਾ ਬਲੂ ਬੋਲਸ ਸੀ, 2 ਵਾਈਟ ਬੋਲਸ ਸੀ, ਅਤੇ 4 ਆਪਣੇ ਕੋਲ ਰੈੱਡ ਬੋਲ ਸੀ, ਠੀਕ ਹੈ। ਇੱਕ ਬਕਸੇ ਵਿੱਚ 3 ਨੀਲੇ, 2 ਚਿੱਟੇ ਅਤੇ 4 ਲਾਲ ਬੰਟੇ ਨੇ। ਹੁਣ ਇਹਨਾਂ ਵਿੱਚੋਂ ਇੱਕ ਮਾਰਬਲ ਆਪਾਂ ਡਰੋਨ ਕੀਤਾ, ਇੱਕ ਮਾਰਬਲ ਕੱਢਿਆ, ਵਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਇਟ ਵਿਲ ਬੀ ਵਾਈਟ? ਕਹਿੰਦੇ ਇਸਦੀ ਕੀ ਸੰਭਾਵਨਾ ਵੀ ਇਹ ਬੰਟਾ ਚਿੱਟਾ ਹੋਊਗਾ? ਹੁਣ ਚਿੱਟੇ ਆਪਣੇ ਕੋਲ ਕਿੰਨੇ ਨੇ? 2। ਟੋਟਲ ਆਪਣੇ ਕੋਲ ਕਿੰਨੇ ਨੇ? 4 + 2 = 6, 6 + 3 = 9। ਅਸੀਂ ਬਿਲਕੁਲ ਹੀ ਸਿੰਪਲ ਔਰ ਸੌਖਾ ਸਵਾਲ ਸੀ, ਅਤੇ ਕਿੰਨਾ ਆਂਸਰ ਆ ਗਿਆ ਆਪਣੇ ਕੋਲ? 2/9, ਠੀਕ ਹੈ। ਹਾਂਜੀ, ਫੇਸ ਕਾਰਡ, ਜਿਨ੍ਹਾਂ ਨੇ ਮੇਰਾ ਹੈ ਨਾ ਉਹ ਸ਼ੋਰਟ ਵੀਡੀਓ ਦੇਖੀ ਹੋਊਗੀ, ਉਹਨਾਂ ਨੂੰ ਤਾਂ ਪਤਾ ਵੀ ਹੈ ਨਾ, ਉਹਨਾਂ ਨੇ ਸਾਰੀ ਦੀ ਸਾਰੀ ਤਾਸ਼ ਦੇਖੀ ਹੈ ਵੀ ਫੇਸ ਕਾਰਡ ਕਿੰਨੇ ਹੁੰਦੇ ਨੇ, ਉਹਨਾਂ ਦਾ ਤਾਂ ਨਹੀਂ ਸਵਾਲ ਇਹ ਗਲਤ ਹੋਇਆ ਹੋਣਾ। ਤਾਂ ਦੇਖੋ ਇਹਦੇ ਵਿੱਚ ਕੀ ਸੀਗਾ, ਉਹਨੇ ਕਿਹਾ ਸੀ ਫੇਸ ਕਾਰਡ ਨਿਕਲਣ ਦੀ ਕੀ ਸੰਭਾਵਨਾ, ਚਿੱਤਰ ਪੱਤਾ ਹੋਣ ਦੀ ਸੰਭਾਵਨਾ ਕੀ ਹੈ? ਤਾਂ ਹੁਣ ਜਦੋਂ 52 ਪੱਤੇ ਨੇ ਆਪਣੇ ਕੋਲ, ਟੋਟਲ 52, ਇਹ ਹੋ ਗਿਆ ਆਪਣੇ ਕੋਲ ਟੋਟਲ। ਇਹਦੇ ਵਿੱਚੋਂ ਫੇਸ ਕਾਰਡ ਆਪਾਂ ਕਿੰਨੇ ਗਿਣੇ ਸੀ ਬੇਟੇ? ਚਿੱਤਰ ਪੱਤੇ ਕਿੰਨੇ ਗਿਣੇ ਸੀ? 12। ਤਾਂ ਫਿਰ ਪ੍ਰੋਬੇਬਿਲਿਟੀ ਕੀ ਹੋ ਗਈ ਫੇਸ ਕਾਰਡ ਦੀ? 12/52। ਹੁਣ ਕਟਾ ਲਓ ਇਹਨੂੰ, 4 ਦੇ ਪਹਾੜੇ 'ਤੇ ਕੱਟਣਗੇ, 4 × 3 = 12 ਅਤੇ 13 + 54 = 52। ਤਾਂ ਇਹਦਾ ਆਂਸਰ ਆ ਜੂਗਾ 3/13। ਕਿਹੜੀ ਆਪਸ਼ਨ ਸਹੀ ਆ ਰਹੀ ਹੈ? ਸੈਕਿੰਡ ਆਪਸ਼ਨ, ਠੀਕ ਹੈ ਜੀ। ਸਮਝ ਆ ਗਿਆ। ਹੁਣ ਆਪਣਾ ਸਿਰਫ ਇੱਕ ਸਵਾਲ ਰਹਿ ਗਿਆ ਲਾਸਟ, 30ਵਾਂ ਸਵਾਲ। ਇਹਦੇ ਵਿੱਚ ਕੀ ਹੈ? 2 ਡਾਈਸ, 2 ਆਪਾਂ ਨੇ ਪਾਸੇ ਸਿੱਟੇ ਨੇ, ਇੱਕ ਬਲੂ ਰੰਗ ਦਾ, ਇੱਕ ਗ੍ਰੀਨ ਰੰਗ ਦਾ। ਬਲੂ ਰੰਗ ਦਾ ਹੋਊਗਾ ਤਾਂ ਉਹਦੇ 'ਤੇ 1, 2, 3, 4, 5 ਅਤੇ 6 ਇਹ ਦਿਖ ਰਹੇ ਨੇ। ਜੇ ਉਹ ਗ੍ਰੀਨ ਕਲਰ ਦਾ ਤਾਂ ਉਹਦੇ 'ਤੇ ਆਪਾਂ ਨੂੰ ਦਿਖ ਰਹੇ ਨੇ 1, 2, 3, 4, 5, 6 ਲਿਖੇ ਹੋਣ, 2 ਪਾਸੇ ਸੁੱਟੇ ਨੇ ਸੇਮ ਟਾਈਮ 'ਤੇ। ਵਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਦਾ ਸਮ ਆਫ ਦਾ 2 ਨੰਬਰਸ ਅਪੀਅਰਿੰਗ ਔਨ ਦਾ ਟੋਪ ਆਫ ਦਾ ਡਾਈਸ ਇਜ਼ 8? ਕਹਿੰਦੇ ਇਸਦੀ ਕੀ ਸੰਭਾਵਨਾ ਹੈ ਵੀ ਦੋਨੇ ਪਾਸਿਆਂ 'ਤੇ ਪ੍ਰਾਪਤ ਸੰਖਿਆਵਾਂ ਦਾ ਜੋੜ 8 ਹੋਵੇ? ਆਪਾਂ ਇੱਕ ਛੋਟੀ ਜਿਹੀ ਡਰਾਇੰਗ ਬਣਾ ਕੇ ਦੇਖਦੇ ਹਾਂ ਵੀ ਜਿੱਦਾਂ ਇਹ ਪਾਸੇ ਨੇਗੇ, ਤੁਹਾਡੇ ਕੋਲ ਖੇਡ ਰਹੇ ਹੋ ਅਤੇ ਤੁਹਾਡੇ ਡਾਈਸ ਸੁੱਟਤੇ, ਮੰਨ ਲਓ ਇਹਦੇ ਉੱਪਰ 3 ਆ ਗਿਆ, ਇਹਦੇ ਉੱਪਰ 5 ਆ ਗਿਆ, ਤਾਂ ਦੋਨਾਂ ਦਾ ਜੋੜ ਕਿੰਨਾ ਹੋ ਗਿਆ? ਇਹਦੇ 'ਤੇ 3 ਦਿਖ ਰਿਹਾ, ਇਹਦੇ ਉੱਪਰਲੇ ਪਾਸੇ 5 ਦਿਖ ਰਿਹਾ, ਤਾਂ ਜੋੜ ਕਿੰਨਾ ਹੋ ਗਿਆ? 8। ਅਤੇ ਇਹੀ ਗੱਲ ਆਪਾਂ ਨੂੰ ਇਸ ਸਮ ਦੇ ਵਿੱਚ ਪੁੱਛੀ ਹੋਈ ਹੈ ਵੀ 2 ਪਾਸੇ ਨੇ ਇਕੱਠੇ ਸੁੱਟਣੇ ਨੇ ਅਤੇ ਉਹਨਾਂ ਦੇ ਉੱਪਰਲੇ ਫੇਸ 'ਤੇ ਜਿਹੜਾ ਵੀ ਅੱਖਰ ਆਊਗਾ ਉਹ ਆਪਣੇ ਕੋਲ 8 ਹੋਣਾ ਚਾਹੀਦਾ, ਉਹਨਾਂ ਦਾ ਜੋੜ। ਚਲੋ ਜੀ, ਹੁਣ ਆਪਾਂ ਦੇਖਦੇ ਹਾਂ ਕੁੱਲ ਨਤੀਜੇ ਕਿੰਨੇ ਹੁੰਦੇ ਨੇ। ਤਾਂ ਇਸ ਤਰ੍ਹਾਂ ਦੇ ਸਵਾਲ ਵਿੱਚ ਜਦੋਂ ਆਪਾਂ 2 ਪਾਸੇ ਇਕੱਠੇ ਸੁੱਟਦੇ ਹਾਂ ਤਾਂ ਕੁੱਲ ਨਤੀਜੇ ਹੁੰਦੇ ਨੇ 36। ਕਿਵੇਂ? ਕਿਉਂਕਿ 1 ਦੇ ਨਾਲ 1, 2, 3, 4, 5, 6 ਸਾਰੇ ਆਉਣਗੇ, 2 ਨਾਲ ਲਿਖੋਗੇ 1, 2, 3, 4, 5, 6 ਸਾਰੇ ਆਉਣਗੇ, ਮਤਲਬ ਹਰੇਕ ਅੱਖਰ ਨਾਲ 6-6 ਰਿਜ਼ਲਟ ਬਣਦੇ ਨੇ। ਤਾਂ ਆਪਣੇ ਕੋਲ 6 ਨੇ ਅੱਖਰ, ਤਾਂ 6-6 ਨਾਲ ਗੁਣਾ ਕਰਾਂਗੇ 36। ਹੁਣ ਆਪਾਂ ਦੇਖਣਾ 8 ਜੋੜ ਕਿਹਦੇ ਕਿਹਦੇ ਨਾਲ ਬਣਦਾ, 8 ਜੋੜ ਬਣਾਉਣਾ ਆਪਾਂ।
ਤਾਂ ਪਹਿਲਾਂ ਦੇਖੋ ਇੱਕ ਦੇ ਨਾਲ, ਇੱਕ ਦੇ ਨਾਲ ਕਿਸੇ ਅੱਖਰ ਨੂੰ ਰੱਖ ਕੇ 8 ਬਣਦਾ? ਨਹੀਂ। ਜੇ ਇੱਕ ਦੇ ਨਾਲ ਸਭ ਤੋਂ ਵੱਡਾ ਅੱਖਰ 6 ਵੀ ਰੱਖਾਂਗੇ ਤਾਂ ਵੀ 7 ਬਣੂਗਾ। ਤਾਂ 2 ਦੇ ਨਾਲ ਰੱਖ ਕੇ ਦੇਖੋ ਕੋਈ ਅੱਖਰ 8 ਬਣਦਾ? ਹਾਂਜੀ, 6 ਰੱਖਣ ਨਾਲ 8 ਬਣਦਾ। ਲਾਈਨ ਵਾਈਜ਼ ਚੱਲੋ, ਗਲਤੀ ਨਹੀਂ ਹੋਊਗੀ। 3 ਦੇ ਨਾਲ ਕੀ ਦੂਸਰੇ ਪਾਸੇ ਆਵੇ? 8 ਬਣ ਜੂਗਾ। 5, 4 ਦੇ ਨਾਲ 4, 5 ਦੇ ਨਾਲ 3, 6 ਦੇ ਨਾਲ 2। ਤਾਂ ਕਲੀਅਰ ਹੋ ਗਿਆ। 8 ਜੋੜ ਬਣਾਉਣਾ ਸੀ ਆਪਾਂ ਉੱਪਰਲੇ ਫੇਸਿਸ ਦੇ ਉੱਪਰ। ਲਾਈਨ ਵਾਈਜ਼ ਚੱਲੋ, 1 ਤੋਂ ਫਿਰ 2, ਫਿਰ 3, ਫਿਰ 4, ਫਿਰ 5, ਫਿਰ 6। ਜਿਹਦੇ ਜਿਹਦੇ ਨਾਲ ਤੁਹਾਡਾ ਆਂਸਰ ਸਹੀ ਬਣ ਜਾਂਦਾ ਉਹ ਉਹ ਰਿਜ਼ਲਟਸ ਲਿਖੀ ਚੱਲੋ। ਰਿਜ਼ਲਟਸ ਆਪਾਂ ਗਿਣ ਲਏ ਕਿੰਨੇ ਬਣ ਗਏ? 5। ਤਾਂ ਪ੍ਰੋਬੇਬਿਲਿਟੀ ਕੀ ਹੋਊਗੀ? ਸਮ 8 ਆਉਣ ਦੀ 5/36। 5 ਆਪਣੇ ਫੇਵਰੇਬਲ ਇਵੈਂਟਸ ਨੇ ਅਤੇ 36 ਆਪਣੇ ਟੋਟਲ ਇਵੈਂਟਸ ਨੇ। ਠੀਕ ਹੈ ਬੇਟਾ, ਇੱਕ ਵਾਰ ਫਿਰ ਦੇਖ ਲਓ। ਜਦੋਂ ਆਪਣੇ ਕੋਲ 2 ਡਾਈਸ ਹੁੰਦੇ ਨੇ ਤਾਂ ਦੋਨਾਂ ਦੇ ਉੱਪਰ ਇੱਦਾਂ ਦੇ ਰਿਜ਼ਲਟਸ ਦਿਖਦੇ ਨੇ ਆਪਾਂ ਨੂੰ। ਟੋਟਲ 36 ਕਿਵੇਂ ਹੁੰਦੇ ਨੇ? ਕਿਉਂਕਿ 1 ਦੇ ਨਾਲ, ਇਹ 1 ਦੇ ਨਾਲ 1 ਵੀ ਆਉਣਾ, 2 ਵੀ ਆਉਣਾ, 3 ਵੀ ਆਉਣਾ, 4 ਵੀ ਆਉਣਾ, 5 ਵੀ ਆਉਣਾ, 6 ਵੀ ਆਉਣਾ। ਆਪਾਂ ਕਿਹੜਾ ਕਹਿ ਸਕਦੇ ਆਪਾਂ 1 ਫਿਕਸ ਕਰ ਲਿਆ? 1 ਦੇ ਨਾਲ ਕੋਈ ਵੀ ਅੱਖਰ ਆ ਸਕਦਾ 6ਾਂ 'ਚੋਂ। ਇੱਦਾਂ ਹੀ 2 ਦੇ ਨਾਲ 1 ਵੀ ਆਉਣਾ, 2 ਵੀ ਆਉਣਾ, 3 ਵੀ ਆਉਣਾ, 4 ਵੀ ਆਉਣਾ, 5 ਵੀ ਆਉਣਾ, 6 ਵੀ ਆਉਣਾ। ਇਹਦਾ ਦੇਖੋ ਆਪਾਂ 2 ਰਿਜ਼ਲਟ ਹੀ ਲਿਖੇ ਨੇ, 6 ਅਤੇ 6 12 ਤਾਂ ਇਹ ਹੋ ਗਏ। ਹੁਣ ਇਹਦੇ ਨਾਲ ਲਿਖਾਂਗੇ, ਇਹਦੇ ਨਾਲ ਲਿਖਾਂਗੇ, ਇਹਦੇ ਨਾਲ ਲਿਖਾਂਗੇ, ਇਹਦੇ ਨਾਲ ਲਿਖਾਂਗੇ, ਆਪੇ ਆਪਣੇ ਕੋਲ 6 6 6 6 ਕਰਦੇ ਕਰਦੇ ਚਿਕਮ ਚਿਕਮ 36 ਹੋ ਜਾਣਗੇ। ਤਾਂ ਟੋਟਲ ਰਿਜ਼ਲਟਸ ਕਿੰਨੇ ਹੋ ਗਏ? 36। ਤਾਂ ਇਹਨੂੰ ਦਿਮਾਗ 'ਚ ਬਿਠਾ ਕੇ ਰੱਖਿਓ, ਜਦੋਂ 2 ਡਾਈ ਸਿੱਟਦੇ ਹਾਂ ਤਾਂ ਟੋਟਲ ਰਿਜ਼ਲਟਸ ਹੁੰਦੇ ਨੇ 36। ਤਾਂ ਇਹ ਸੀਗਾ ਬੇਟਾ ਆਪਣਾ ਜੁਲਾਈ ਮਹੀਨੇ 'ਚ ਔਨਲਾਈਨ ਹੋਇਆ ਪੇਪਰ। 30 ਕੁਸ਼ਚਨ ਸੀ, ਬਹੁਤ ਸੋਹਣੇ ਕੁਸ਼ਚਨ ਸੀਗੇ, ਸਾਰੇ ਆਪਾਂ ਇਕੱਲਾ ਇਕੱਲਾ ਡਿਸਕਸ ਕਰ ਲਿਆ। ਅਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਕਿੰਨੇ ਮਾਰਕਸ ਬਣੇ ਇਸ ਪੇਪਰ ਦੇ ਵਿੱਚ। ਠੀਕ ਹੈ ਬੇਟਾ ਜੀ, ਵੀਡੀਓ ਪਸੰਦ ਆਈ ਹੋਵੇ ਤਾਂ ਕੀ ਕਰਨਾ? ਲਾਈਕ ਕਰਨਾ, ਠੀਕ ਹੈ? ਅਤੇ ਜੇ ਤੁਹਾਨੂੰ ਬਹੁਤ ਵਧੀਆ ਲੱਗੀ ਹੈ ਤਾਂ ਇਹਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ, ਠੀਕ ਹੈ? ਸਬਸਕ੍ਰਾਈਬ ਵੀ ਕਰ ਲਿਓ, ਠੀਕ ਹੈ? ਜੇ ਨਹੀਂ ਕੀਤਾ ਤਾਂ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਕਰ ਲਿਓ ਮੇਰਾ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ। ਤਦ ਤੱਕ ਲਈ ਆਪਾਂ ਹੁਣ ਅਗਲਾ ਸਿਲੇਬਸ ਸ਼ੁਰੂ ਕਰਾਂਗੇ, ਉਹਨਾਂ ਵੀਡੀਓਜ਼ ਨੂੰ ਵੀ ਬਹੁਤ ਧਿਆਨ ਨਾਲ ਦੇਖਣਾ। ਬਾਏ ਬੇਟਾ ਜੀ।